ਲਾਚਾਰੀ, ਬੇਬਸੀ, ਮਜਬੂਰੀ, ਇਸ ਤਰ੍ਹਾਂ ਦੇ ਹੋਰ ਵੀ ਕਈ ਅਜਿਹੇ ਕਈ ਸ਼ਬਦ ਹਨ ਜੋ ਇਨਸਾਨ ਹਾਲਾਤ ਅਤੇ ਸਥਿਤੀਆਂ ਦੇ ਅੱਗੇ ਗੋਡੇ ਟੇਕਣ ਤੋਂ ਪਹਿਲਾਂ ਖੁਦ ਨੂੰ ਕਹਿ ਸਕਦਾ ਹੈ, ਪਰ ਇਹਨਾਂ ਤੋਂ ਸਭ ਤੋਂ ਵੱਡਾ ਸ਼ਬਦ ਹੈ ਹੌਸਲਾ। ਜੀ ਹਾਂ, ਮੁੰਬਈ ਵਾਸੀ ਅਮਰਜੀਤ ਸਿੰਘ ਚਾਵਲਾ ਦੀ ਕਹਾਣੀ ਇਹਨਾਂ ਤਮਾਮ ਸ਼ਬਦਾਂ ਤੋਂ ਕਿਤੇ ਜ਼ਿਆਦਾ ਡੂੰਘੀ ਅਤੇ ਪ੍ਰੇਰਣਾਦਾਇਕ ਹੈ, ਕਿਉਂਕਿ 63 ਸਾਲਾਂ ਦੇ ਦ੍ਰਿਸ਼ਟੀਹੀਨ ਅਮਰਜੀਤ ਸਿੰਘ ਚਾਵਲਾ ਨੂੰ ਸਪੋਰਟੀ ਸਿੱਖ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਹਨਾਂ ਨੇ ਮੈਰਾਥਨ ਦੀ ਮੁੰਬਈ ਤੋਂ ਪੁਣੇ ਤੱਕ ਦੀ 160 ਕਿਲੋਮੀਟਰ ਲੰਬੀ ਦੌੜ ਪੂਰੀ ਕਰ ਲਈ ਹੈ, ਜੋ ਕਿ ਦ੍ਰਿਸ਼ਟੀਹੀਨ ਮੈਰਾਥਨ ਦੌੜਾਕਾਂ ਦੇ ਵਿੱਚ ਇੱਕ ਨਵਾਂ ਰਿਕਾਰਡ ਹੈ। ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਅਮਰਜੀਤ ਸਿੰਘ ਚਾਵਲਾ ਇਕਲੌਤੇ ਵਿਅਕਤੀ ਹਨ ਜਿਨ੍ਹਾਂ ਨੇ ਡੋਲਮਾ ਦਰੇ ਨੂੰ ਪਾਰ ਕੀਤਾ ਹੈ। ਵੈਸੇ ਤਾਂ ਅਮਰਜੀਤ ਸਿੰਘ ਚਾਵਲਾ ਹੁਣ ਤੱਕ 174 ਦੇ ਕਰੀਬ ਮੈਰਾਥਨ ਦੌੜਾਂ ਪੂਰੀਆਂ ਕਰ ਚੁੱਕੇ ਨੇ, ਪਰ ਉਹਨਾਂ ਨੇ ਲੰਘੀ 31 ਮਈ ਨੂੰ ਸਵੇਰੇ 5:30 ਵਜੇ ਮੁੰਬਈ ਦੇ ਗੋਰੇਗਾਓਂ ਸਪੋਰਟਸ ਕੰਪਲੈਕਸ ਤੋਂ ਸ਼ੁਰੂ ਕੀਤੀ ਮੈਰਾਥਨ ਦੌੜ ਨੂੰ ਰਵਿੰਦਰ ਨਾਥ ਟੈਗੋਰ ਸਕੂਲ ਪੁਣੇ ਵਿੱਚ ਜਾ ਕੇ ਪੂਰੀ ਕੀਤਾ ਅਤੇ ਸਫਲਤਾਪੂਰਵਕ 160 ਕਿਲੋਮੀਟਰ ਆਪਣੀ ਮੈਰਾਥਨ ਪੂਰੀ ਕਰਨ 'ਤੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਉਹਨਾਂ ਦਾ ਪਰਿਵਾਰ ਵੀ ਇਸ ਨੂੰ ਲੈ ਕੇ ਕਾਫ਼ੀ ਖੁਸ਼ ਹੈ। ਤੁਹਾਨੂੰ ਦੱਸ ਦਈਏ ਕਿ ਅਮਰਜੀਤ ਸਿੰਘ ਚਾਵਲਾ ਦੇਖ ਨਹੀਂ ਸਕਦੇ, ਉਹਨਾਂ ਦੀ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਅਮਰਜੀਤ ਸਿੰਘ ਜਦੋਂ 14 ਸਾਲ ਦੇ ਸਨ ਤਾਂ ਉਦੋਂ ਹੀ ਡਾਕਟਰਾਂ ਨੇ ਦੱਸਿਆ ਹੈ ਕਿ ਉਹ ਇੱਕ ਬਿਮਾਰੀ ਤੋਂ ਪੀੜਤ ਹਨ, ਜਿਸ ਕਰਕੇ ਉਹਨਾਂ ਦਾ ਕੋਈ ਇਲਾਜ ਨਹੀਂ ਹੋ ਸਕਦਾ, ਉਹਨਾਂ ਦੀ ਹੌਲੀ ਹੌਲੀ ਸਾਰੀ ਅੱਖਾਂ ਦੀ ਰੌਸ਼ਨੀ ਚਲੀ ਜਾਵੇਗੀ। ਤਾਂ ਹੋਇਆ ਵੀ ਇੱਦਾਂ ਹੀ, ਹਾਲਾਂਕਿ ਪਰਿਵਾਰ ਨੇ ਹਾਰ ਨਹੀਂ ਮੰਨੀ, ਕਈ ਤਰ੍ਹਾਂ ਦੇ ਇਲਾਜ ਹੋਏ, ਪਰ 40 ਸਾਲ ਦੀ ਉਮਰ ਤੱਕ ਪਹੁੰਚਦਿਆਂ ਅਮਰਜੀਤ ਸਿੰਘ ਚਾਵਲਾ ਪੂਰੀ ਤਰ੍ਹਾਂ ਦ੍ਰਿਸ਼ਟੀਹੀਨ ਹੋ ਗਿਆ, ਪਰ ਉਹਨਾਂ ਦੇ ਅੰਦਰ ਦਾ ਖਿਡਾਰੀ ਦਾ ਜਜ਼ਬਾ ਜਿੰਦਾ ਰਿਹਾ। ਅਮਰਜੀਤ ਸਿੰਘ ਚਾਵਲਾ ਇਕਲੌਤੇ ਅਜਿਹੇ ਨੇਤਰਹੀਣ ਵਿਅਕਤੀ ਹਨ ਜਿਨ੍ਹਾਂ ਨੇ ਤਿੱਬਤ ਦੇ ਡੋਲਮਾ ਦਰੇ ਨੂੰ ਪਾਰ ਕਰਕੇ ਝੰਡਾ ਲਹਿਰਾਇਆ ਹੈ। ਸੋਹਨ ਲਾਲ ਦਵੇਦੀ ਦੀ ਇੱਕ ਕਵਿਤਾ ਦੀਆਂ ਕੁਝ ਕਾਵਿ ਸਤਰਾਂ ਬਿਲਕੁਲ ਅਮਰਜੀਤ ਸਿੰਘ ਚਾਵਲਾ ਵਰਗੇ ਲੋਕਾਂ 'ਤੇ ਢੁਕਵੀਆਂ ਬੈਠਦੀਆਂ ਹਨ ਕਿ ਲਹਿਰੋਂ ਸੇ ਡਰ ਕਰ ਨੌਕਾ ਪਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਹਾਰ ਨਹੀਂ ਹੋਤੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।